ਅਸਲਾਮੁਅਲੈਕੁਮ ਤੁਸੀਂ ਵੇਂਦੇ ਪੇ ਨਜ਼ਰਾਬੱਟੀ ਅਫੀਸ਼ੀਅਲ ਤੇ ਮੈਂ ਤੁਹਾਡਾ ਮਸੇਰ ਨਜ਼ਰਾਬੱਟੀ ਕੀ ਹਾਲ ਚਾਲ ਹੈ ਜਨਾਬ ਸਾਰੇ ਮਸੇਰ ਠੀਕ ਠਾਕ ਨੇ ਸਤਵੀਰ ਕੈਸੀ ਹੈ ਖੈਰ ਖੈਰੀਅਤ ਨਾਲ ਨੇ ਉਮੀਦ ਵੀ ਹੈ ਤੇ ਦੁਆ ਵੀ ਹੈ ਕਿ ਅੱਲਾਹ ਭਾਗ ਤੁਹਾਨੂੰ ਸਲਾਮਤ ਰੱਖੇ ਖੁਸ਼ ਰਹੋ ਔਰ ਹਮੇਸ਼ਾ ਮੇਰੇ ਨਾਲ ਮੁਹੱਬਤ ਨਾਲ ਜੁੜੇ ਰਹੋ ਇਹ ਵੀ ਦੁਆ ਮੇਰੀ ਨਾਲ ਨਾਲ ਹੀ ਐ ਪਿੱਛੇ ਮੇਰੇ ਤੁਸੀਂ ਵੇਖ ਰਹੇ ਹੋਗੇ ਕੁਰਸੀਆਂਜ਼ ਇਹਨਾਂ ਕੁਰਸੀਆਂਜ਼ ਦਾ ਮਤਲਬ ਇਹ ਹੈਗਾ ਕਿ ਇਸ ਟਾਈਮ ਮੈਂ ਮੌਜੂਦ ਹਾਂ ਅਲ ਹਮਰਾ ਕਲਚਰਲ ਕੰਪਲੈਕਸ ਕਜ਼ਾਫੀ ਸਟੇਡੀਅਮ ਨਜ਼ਦ ਕਲਮਾ ਚੌਕ ਉੱਤੇ ਡਰਾਮਾ ਸਟਾਰਟ ਹੋ ਰਿਹਾ ਜੀ ਅੱਜ ਤੋਂ ਜਮਾ ਅੱਜ 18 ਅਗਸਤ ਦੇ ਕਿ ਮੇਰੇ ਖਿਆਲ ਨਾਲ ਮੇਰੇ ਖਿਆਲ ਨਾਲ 18 ਹੀ ਹੈ ਕਿਵਤਰੀ 18 ਹੈ ਚਲੋ ਬਰਹਲ 18 ਤੋਂ ਅੱਜ ਡਰਾਮਾ ਸਟਾਰਟ ਹੋ ਰਿਹਾ ਜਨਾਬ ਕਲਚਰਲ ਕੰਪਲੈਕਸ ਵਿੱਚ ਤੇ ਤੁਸੀਂ ਜਿਹੜੇ ਮੇਰੇ ਵੀਵਰਜ਼ ਨੇ ਜਿਹੜੇ ਮੇਰੇ ਮਸਿਹਰ ਨੇ ਵੇਖਣ ਵਾਲੇ ਨੇ ਮੁਹੱਬਤਾਂ ਕਰਨ ਵਾਲੇ ਨੇ ਸਭ ਤੋਂ ਪਹਿਲੇ ਤੇ ਉਹਨਾਂ ਦੀਆਂ ਮੁਹੱਬਤਾਂ ਨੂੰ ਜਨਾਬ ਨਜ਼ਰੇ ਭੱਟੀ ਦਾ ਸਪੈਸ਼ਲੀ ਸਲੂਟ ਹੋ ਗਿਆ। ਔਰ ਸੈਕੰਡ 14 ਅਗਸਤ ਦੇ حوالے ਨਾਲ ਵੀ ਵੀਡੀਓ ਕੋਈ ਨਹੀਂ ਆ ਸਕੀ ਕਿਉਂਕਿ ਉਸ ਦਿਨ ਵੀ ਬੜੀ ਢੇਰ ਮਸਰੂਫੀਅਤ ਬਣੀ ਸੀ। 14 ਅਗਸਤ ਦੇ حوالے ਨਾਲ ਮੈਂ ਇੱਕ ਸ਼ੇਰ ਵੀ ਤੁਹਾਨੂੰ ਸੁਣਾਵਾਂਗਾ। ਲੇਕਿਨ ਉਹ ਸੁਣਾਵਾਂਗਾ ਜਰਾ ਐਂਡ ਤੇ ਜਾ ਕੇ। ਸ਼ੇਰ ਬੜਾ ਕਮਾਲ ਦਾ ਹੈ। ਉਹ ਵੀ ਤੁਸੀਂ ਬਾਅਦ ਵਿੱਚ ਮੈਂ ਇਨਸ਼ਾਅੱਲਾ ਤੁਹਾਨੂੰ ਜ਼ਰੂਰ ਸੁਣਾ ਕੇ ਫਿਰ ਵੀਡੀਓ ਕਲੋਜ਼ ਕਰਾਂਗਾ। ਅੱਜ ਦਾ ਇਹ ਵੀਡੀਓ ਬਣਾਉਣ ਦਾ ਮਕਸਦ ਹੈਗਾ ਕਿ ਇਹ ਜਿਹੜੀਆਂ ਬਿਲਕੁਲ ਖਾਲੀ ਕੁਰਸੀਆਂ ਪਈਆਂ ਨੇ ਇਹਨਾਂ ਕੁਰਸੀਆਂ ਤੇ ਹੁਣੇ ਕੁਝ ਧੇਰ ਬਾਅਦ ਮੇਰੇ ਪਿਆਰੇ ਮਸੇਰ ਇੱਥੇ ਬਰਾਜਮਾਨ ਹੋ ਜਾਣਗੇ ਇਹਨਾਂ ਕੁਰਸੀਆਂ ਤੇ ਔਰ ਉਹ ਡਰਾਮੇ ਨੂੰ ਬੜਾ ਭਰਪੂਰ ਇੰਜੋਏ ਕਰਨਗੇ ਡਰਾਮਾ ਡੇਲੀ ਤਕਰੀਬਨ 11 ਵਜੇ ਔਰ ਇਤਵਾਰ ਨੂੰ ਦੋ ਸ਼ੋਅ ਹੁੰਦੇ ਨੇ ਇਤਵਾਰ ਨੂੰ ਦੋ ਸ਼ੋਅ ਯਾਨੀ ਪਹਿਲਾ 9 ਵਜੇ ਦੂਸਰਾ 11 ਵਜੇ ਇਹ ਚੱਲਦਾ ਹੈ ਠੀਕ ਹੈ ਜੀ ਇਹ ਤਾਂ ਹੋ ਗਈ ਤੁਹਾਨੂੰ ਡਰਾਮੇ ਦੇ ਬਾਰੇ ਇਨਫਾਰਮੇਸ਼ਨ ਔਰੇ ਜ਼ਰੂਰੀ ਸਮਝਣਾ ਸਮੈਂ ਕਿ ਅਭੀ ਅੱਜ ਤੋਂ ਇੱਕ ਤੇ ਵੀਡੀਓ ਵੀ ਕਾਫੀ ਦਿਨਾਂ ਤੋਂ ਨਹੀਂ ਦੇ ਸਕਿਆ ਕੋਈ ਵੀ ਉਤੋਂ 14 ਅਗਸਤ ਦੇ ਹਵਾਲੇ ਨਾਲ ਇਹ ਜਿਹੜੀ ਇਹ ਨਾ ਵਾਜਿਆਂ ਦੀ ਪਾਂ ਪਾਂ ਇਹਦੇ ਨਾਲ ਕੋਈ ਆਜ਼ਾਦੀ ਦਾ ਮਤਲਬ ਕੋਈ ਜ਼ਿਆਦਾ ਨਹੀਂ ਨਿਕਲਦਾ ਮੈਂ ਮਹਿਸੂਸ ਕਰਨਾ ਵਾਂ ਕਿ ਕਾਫੀ ਸਾਰੇ ਜੀ ਜਿਹੜੇ ਨੇ ਨਾ ਉਹ ਸਮਝਦੇ ਨੇ ਕਿ ਸ਼ਾਇਦ ਇਹ ਵਾਜੇ ਲੈ ਲਈਏ ਔਰ ਨਾਲ ਦੇ ہمسાયਾਂ ਨੂੰ ਔਰ ird gird ਦੇ ਰਾਂਣ ਵਾਲਿਆਂ ਨੂੰ ਤੰਗ ਕਰਨ ਦਾ ਨਾਮ ਆਜ਼ਾਦੀ ਹੈ ਉਹ ਬਿਲਕੁਲ ਵੀ ਨਹੀਂ ਕਾਫੀ ਸਾਰੇ ਦੋਸਤ ਆਬਾਬ ਜਿਹੜੇ ਨੇ ਉਹ ਬਾਜੇ ਲੈ ਕੇ ਤੇ ਪੌ 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 ਲੋਕਾਂ ਦੇ ਕੰਨ ਤੇ ਕਈਆਂ ਬੰਦਿਆਂ ਨੇ ਸਲੈਂਸਰ ਕੱਢੇ ਹੁੰਦੇ ਨੇ ਔਰ ਸਲੈਂਸਰ ਕੱਢ ਕੇ ਤੇ ਬਾਈਕ ਨੂੰ ਫੁੱਲ ਰੇਸਾਂ ਤੇ ਵਨ ਵੀਲਿੰਗ ਇਹ ਪਲੀਜ਼ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਜਦੋਂ ਵੀ 14 ਅਗਸਤ ਆਵੇ ਹੁਣ ਤਾਂ ਚੁੱਕ ਲੰਘ ਗਈ ਤੇ ਫਿਰ ਚਲੋ 14 ਅਗਸਤ ਆਪਣੀ ਜ਼ਿੰਦਗੀ ਚ ਅੱਲਾ ਖੈਰ ਰੱਖੇ ਤੇ ਹੁੰਦੀ ਜਾਂਦੀ ਰਹਿਣੀ ਹੈ ਤੇ ਜਦੋਂ ਵੀ 14 ਅਗਸਤ ਆਵੇ ਉਹ ਤੁਹਾਡੀ ਬੜੀ ਮਿਹਰਬਾਨੀ ਔਰ ਤੁਹਾਡੀ ਬੜੀ ਸ਼ਫਕਤ ਔਰ ਤੁਹਾਡਾ ਬੜਾ ਪਿਆਰ ਆਪਣੇ ਘਰ ਵਾਲਿਆਂ ਨਾਲ ਆਪਣੀ ਫੈਮਲੀ ਨਾਲ ਆਪਣੇ ਬੱਚਿਆਂ ਨਾਲ ਮੁਹੱਬਤ ਦਾ ਇਜ਼ਹਾਰ ਸਿਰਫ ਇਹ ਇਹ ਕਿ ਇਹ ਆਜ਼ਾਦੀ ਦਾ ਜਸ਼ਨ ਹੈਗਾ ਇਹਨੂੰ ਆਜ਼ਾਦੀ ਨੂੰ ਯਾਨੀ ਕਿ ਸੈਲੀਬ੍ਰੇਟ ਕਰਨਾ ਚਾਹੀਦਾ ਹੈ ਬਿਲਕੁਲ ਜ਼ਰੂਰ ਕਰਨਾ ਚਾਹੀਦਾ ਮੈਂ ਸੱਗੇ ਨਹੀਂ ਲੇਕਿਨ ਜੇ ਤੁਹਾਡੇ ਉਸ ਜਸ਼ਨ ਤੋਂ ਤੁਹਾਡੀ ਉਸ ਆਜ਼ਾਦੀ ਤੋਂ ਜੇ ਨਾਲ ਦਾ ਬੰਦਾ ਕੋਈ ਮਰੀਜ਼ ਹੈ ਜਾਂ ਕੋਈ ਘਰ ਦਾ ਕੋਈ ਤੰਗ ਹੈ ਤੇ ਬਿਲਕੁਲ ਵੀ ਮੈਂ ਸਮਝਦਾ ਕਿ ਉਸ ਆਜ਼ਾਦੀ ਦਾ ਮਤਲਬ ਇਹਦੇ ਨਾਲੋਂ ਬਿਹਤਰ ਸੀ ਇਹ ਆਜ਼ਾਦੀ ਦਾ ਤੁਹਾਨੂੰ ਪਤਾ ਹੀ ਨਾ ਲੱਗਦਾ ਵੀ ਇਹ ਆਜ਼ਾਦੀ ਕੀ ਹੈ ਹੈ ਅਗਰ ਤੁਸੀਂ ਇਹਦਾ ਮਤਲਬ ਇਹ ਸਮਝਦੇ ਹੋ ਕਿ ਇਹ ਆਜ਼ਾਦੀ ਹੈ ਤਾਂ ਆਖੜ ਦਾ ਮਤਲਬ ਇਹ ਹੈ ਕਿ ਸਲੈਂਸਰ ਕੱਢ ਕੇ ਗਾਂ ਗਾਂ ਕਰਨ ਦਾ ਨਾਮ ਆਜ਼ਾਦੀ ਨਹੀਂ ਵੱਡੇ ਬਾਜੇ ਲੈ ਕੇ 3.5 300 ਵਾਲੇ ਤੇ ਲੋਕਾਂ ਦੇ ਕੰਨਾਂ ਦੇ ਵਿੱਚ ਪਾਂ ਪਾਂ ਕਰਨ ਦਾ ਨਾਮ ਆਜ਼ਾਦੀ ਨਹੀਂ ਆਜ਼ਾਦੀ ਮਤਲਬ ਹੈ ਕਿ ਤੁਸੀਂ ਸਮਝਦੇ ਹੋ ਕਿ ਜਿਹੜਾ ਕਿਸੇ ਨੂੰ ਕੋਈ ਬਰਬਾਦ ਕਰਦਾ ਉਹ ਆਪ ਕਦੇ ਨਹੀਂ ਆਬਾਦ ਹੋਇਆ ਉਹ ਕੌਮ ਕਦੀ ਵੀ ਨਹੀਂ ਡੋਲ ਸਕਦੀ ਜਿਸ ਕੌਮ ਦਾ ਇਕਤਾਦ ਹੋਇਆ ਅੱਛਾ ਮੈਂ ਨਾਲੇ ਇਹ ਦੱਸਦਾ ਚੱਲਾਂ ਕਿ ਐ ਸਟੇਜ ਤੇ ਐ ਸਟੇਜ ਤੇ ਖੜੇ ਹੋ ਕੇ ਜਦੋਂ ਮੈਂ ਐਸ ਆਡੀਅנס ਦੇ ਸਾਹਮਣੇ ਐ ਸ਼ੇਰ ਜਦੋਂ ਵੀ ਪਰਫਾਰਮ ਕੀਤਾ ਉਹਦਾ ਇੱਕ ਬੜਾ ਭਰਪੂਰ ਰਿਸਪੌਂਸ ਆਇਆ ਹੈ ਔਰ ਬੜਾ ਭਰਪੂਰ ਮਜ਼ਾ ਲਿਆ ਗਿਆ ਤੇ ਐ ਸ਼ੇਰ ਹੁਣ ਜਨਾਬ ਦੀ ਨਜ਼ਰ ਕਿ ਜਿਹੜਾ ਕਿਸੇ ਨੂੰ ਕੋਈ ਬਰਬਾਦ ਕਰਦਾ ਉਹ ਆਪ ਕਦੇ ਨਹੀਂ ਆਬਾਦ ਹੋਇਆ ਉਹ ਕੌਮ ਕਦੀ ਵੀ ਨਹੀਂ ਡੋਲ ਸਕਦੀ ਜਿਸ ਕੌਮ ਦਾ ਇਕ ਇਤਿਹاد ਹੋਇਆ ਤੇ ਪੜ ਕੇ ਵੇਖ ਤਾਰੀਖ ਵੀ ਇਹ ਦੱਸੇ ਸਨ 47 ਵਿੱਚ ਜਿਹੜਾ ਜਹਾਦ ਹੋਇਆ ਮਸੇਰ ਪੁੱਛ ਸ਼ਹੀਦਾਂ ਦੇ ਲਹੂ ਕੋਲੋਂ ਕਿਵੇਂ ਪਾਕਿਸਤਾਨ ਆਜ਼ਾਦ ਹੋਇਆ ਆਏ ਹਾ ਬੜੀ ਮਿਹਰਬਾਨੀ ਇਹਦੇ ਨਾਲ ਹੀ ਸ਼ੁਕਰੀਆ ਤੇ ਦੁਆਵਾਂ ਚ ਯਾਦ ਰੱਖਣਾ ਤੇ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਹੁਣ ਵੀਡੀਓਜ਼ ਜਿਹੜੀਆਂ ਨੇ ਗਾਇਬ ਗਾਏ ਆਉਂਦੀਆਂ ਰਹਿਣ ਕਿਉਂਕਿ ਪਿੱਛੇ ਮੈਂ ਕੋਈ ਵੀਡੀਓਜ਼ ਕੁਝ وجہ ਤੋਂ ਨਹੀਂ ਬਣਾ ਸਕਿਆ ਤੇ ਹੁਣ ਇਨਸ਼ਾਅੱਲਾ ਵੀਡੀਓ ਤੁਹਾਨੂੰ ਮਸੂਲ ਹੋਣੀਆਂ ਰਸਨ ਬਹੁਤ ਸ਼ੁਕਰੀਆ ਦੁਆਵਾਂ ਵਿੱਚ ਯਾਦ ਰੱਖਣਾ ਔਰ ਮੈਂ ਤੁਹਾਡੇ ਵਾਸਤੇ ਸਪੈਸ਼ਲੀ ਬਹੁਤ 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 ਦੁਆਗਾਂ ਤੁਹਾਡੀਆਂ ਮੁਹੱਬਤਾਂ ਦਾ ਬਹੁਤ ਸ਼ੁਕਰੀਆ ਤੁਹਾਡੇ ਪਿਆਰ ਦਾ ਬਹੁਤ ਸ਼ੁਕਰੀਆ ਔਰ ਇਸੇ ਤਰ੍ਹਾਂ ਹੀ ਨਜ਼ਰਾਬੱਟੀ ਅਫੀਸ਼ੀਅਲ ਨਾਲ ਜੁੜੇ ਰਹਿਣਾ ਔਰ ਤੁਸੀਂ ਵੀਡੀਓ ਐਂਡ ਤੱਕ ਵੇਖੀ ਤੁਹਾਡਾ ਬਹੁਤ ਸ਼ੁਕਰੀਆ ਇਹ ਹੁਣ ਜਿੰਨੇ ਐਂਡ ਤੱਕ ਵੇਖਣੀ ਹੈ ਹੁੰਦਾ ਹੀ ਸ਼ੁਕਰੀਆ ਮਿਹਰਬਾਨੀ